ਲੱਖ ਦੀ ਲਾਨਤ ਕਾਮਰਾਨ ਅਕਮਲ, ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਪਤਾ ਕਰੋ। ਅਸੀਂ ਆਪਣੀਆਂ ਮਾਵਾਂ ਭੈਣਾਂ ਨੂੰ ਹਮਲਾਵਰਾਂ ਦੇ ਚੰਗੁਲ ਤੋਂ ਬਚਾਇਆ ਅਤੇ ਸਮਾਂ ਹਮੇਸ਼ਾ 12 ਵਜੇ ਦਾ ਸੀ। ਇਹ ਟਵੀਟ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਦੇ ਵੱਲੋਂ ਕੀਤਾ ਗਿਆ ਹੈ ਤੇ ਲਾਨਤਾਂ ਪਾਈਆਂ ਗਈਆਂ ਨੇ ਪਾਕਿਸਤਾਨੀ ਕ੍ਰਿਕਟਰ ਕਾਮਰਾਨ ਅਕਮਲ ਨੂੰ, ਜਿਸਨੇ ਸਿੱਖਾਂ ਨੂੰ ਲੈ ਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਸੀ। ਲੇਕਿਨ ਲਾਸਟ ਓਵਰ ਕਰਨਾ ਹਰਸ਼ਦੀਪ ਸਿੰਘ ਨੇ, ਉਹ ਵੈਸਾ ਉਸਕਾ ਰਿਦਮ ਹੀ ਲਗਾ, ਲੱਗ ਨਹੀਂ ਸਕਦਾ ਆਪਕੋ ਪਤਾ, ਫਿਰ ਪਾਜੀ 12 ਬਚ ਗਏ ਹੈ। ਆਖਰੀ ਓਵਰ ਕੇ ਲਈ 16 17 ਰਨ ਤਾਂ ਬਹੁਤ ਹੈ ਨਾ, ਕਿਸੇ ਸਿੱਖ ਕੋ ਨਹੀਂ ਦੇਣਾ ਚਾਹੀਏ 12 ਵਜੇ। ਜਿਸਤੇ ਹੁਣ ਕ੍ਰਿਕਟਰ ਹਰਭਜਨ ਸਿੰਘ ਨੇ ਪੜਾਸ ਕੱਢੀ ਹੈ ਅਤੇ ਕਾਮਰਾਨ ਅਕਮਲ ਨੂੰ ਲਾਂਤਾਂ ਪਾਈਆਂ ਨੇ। ਦੱਸ ਦਈਏ ਕਿ ਹਰਭਜਨ ਸਿੰਘ ਦੇ ਇਸ ਟਵੀਟ ਤੋਂ ਬਾਅਦ ਕਾਮਰਾਨ ਨੇ ਵੀ ਮੁਆਫੀ ਮੰਗ ਲਈ ਹੈ। ਹਰਭਜਨ ਸਿੰਘ ਨੇ ਟਵੀਟ ਦੇ ਵਿੱਚ ਸਾਫ ਲਿਖਿਆ ਹੈ ਕਿ ਲੱਖ ਦੀ ਲਾਨਤ ਕਾਮਰਾਨ ਅਕਮਲ, ਮੂੰਹ ਖੋਲਣ ਤੋਂ ਪਹਿਲਾਂ ਸਿੱਖਾਂ ਦਾ ਇਤਿਹਾਸ ਪਤਾ ਕਰੋ। ਅਸੀਂ ਆਪਣੀਆਂ ਮਾਵਾਂ ਭੈਣਾਂ ਨੂੰ ਹਮਲਾਵਰਾਂ ਦੇ ਚੰਗੁਲ ਤੋਂ ਬਚਾਇਆ ਹੈ ਅਤੇ ਹਮੇਸ਼ਾ ਸਮਾਂ 12 ਵਜੇ ਦਾ ਹੀ ਸੀ, ਕੁਝ ਤਾਂ ਸ਼ਰਮ ਕਰੋ। ਹਰਭਜਨ ਦੀ ਇਸ ਝਾੜ ਤੋਂ ਬਾਅਦ ਕਾਮਰਾਨ ਅਕਮਲ ਨੇ ਵੀ ਬਿਆਨ ਦਿੱਤਾ ਹੈ ਤੇ ਉਸਨੇ ਵੀ ਆਪਣੀ ਇਸ ਟਿੱਪਣੀ ਤੇ ਪਛਤਾਵਾ ਜ਼ਾਹਰ ਕੀਤਾ ਹੈ, ਮੁਆਫੀ ਮੰਗੀ ਹੈ। ਅਕਮਲ ਨੇ ਕਿਹਾ ਹੈ ਕਿ ਮੈਨੂੰ ਆਪਣੀ ਟਿੱਪਣੀ ਤੇ ਪਛਤਾਵਾ ਹੈ, ਹਰਭਜਨ ਸਿੰਘ ਤੇ ਸਿੱਖ ਭਾਈਚਾਰੇ ਤੋਂ ਮੈਂ ਮੁਆਫੀ ਮੰਗਦਾ ਹੈ, ਮੇਰੇ ਲਫ਼ਜ਼ ਅਨੁਚਿਤ ਤੇ ਅਪਮਾਨਜਨਕ ਸਨ, ਮੈਂ ਸਿੱਖਾਂ ਦਾ ਸਤਿਕਾਰ ਕਰਦਾ ਹੈ ਤੇ ਮੇਰਾ ਇਰਾਦਾ ਠੇਸ ਪਹੁੰਚਾਉਣ ਦਾ ਨਹੀਂ ਸੀ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਿਰ ਇਹ ਮਾਮਲਾ ਕੀ ਹੈ। ਦਰਅਸਲ ਸਾਬਕਾ ਵਿਕਟਕੀਪਰ ਬੱਲੇਬਾਜ਼ ਕਾਮਰਾਨ ਅਕਮਲ ਨੇ ਪਾਕਿਸਤਾਨੀ ਨਿਊਜ਼ ਚੈਨਲ ਦੇ ਇੱਕ ਸ਼ੋਅ ਦੌਰਾਨ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਬਾਰੇ ਕੁਝ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇੱਥੇ ਇੱਕ ਪੱਤਰਕਾਰ ਤੇ ਕਾਮਰਾਨ ਨੇ ਕੁਝ ਅਜਿਹਾ ਕਿਹਾ ਜਿਸ ਨਾਲ ਸੋਸ਼ਲ ਮੀਡੀਆ ਤੇ ਵੀ ਪ੍ਰਸ਼ੰਸਕਾਂ ਨੇ ਗੁੱਸਾ ਜ਼ਾਹਰ ਕੀਤਾ ਤੇ ਦੋਵਾਂ ਦੇ ਬਿਆਨਾਂ ਦੀ ਸੋਸ਼ਲ ਮੀਡੀਆ ਤੇ ਹੀ ਕਾਫੀ ਆਲੋਚਨਾ ਹੋ ਰਹੀ ਹੈ। ਦਰਅਸਲ ਇਹ ਬਿਆਨ ਉਸ ਸਮੇਂ ਦਾ ਹੈ ਜਦੋਂ ਪਾਕਿਸਤਾਨੀ ਟੀਮ 119 ਦੌੜਾਂ ਦਾ ਪਿੱਛਾ ਕਰ ਰਹੀ ਸੀ। ਬੁਮਰਾਹ ਨੇ 19ਵੇਂ ਓਵਰ ਦੇ ਵਿੱਚ 3 ਦੌੜਾਂ ਦਿੱਤੀਆਂ ਸਨ ਤੇ ਅਰਸ਼ਦੀਪ ਨੇ ਆਖਰੀ ਓਵਰ ਸੁੱਟਣਾ ਸੀ। ਪਾਕਿਸਤਾਨ ਨੂੰ 20ਵੇਂ ਓਵਰ ਦੇ ਵਿੱਚ ਜਿੱਤ ਲਈ 18 ਦੌੜਾਂ ਦੀ ਲੋੜ ਸੀ। ਕਾਮਰਾਨ ਅਕਮਲ ਤੇ ਸ਼ਾਹਿਦ ਹਾਸ਼ਮੀ, ਜੋ ਕਿ ਪੱਤਰਕਾਰ ਹੈ, ਉਸਨੇ ਇਤਰਾਜ਼ਯੋਗ ਟਿੱਪਣੀ ਉਸ ਸਮੇਂ ਹੀ ਕੀਤੀ। ਕਾਮਰਾਨ ਤੇ ਹਾਸ਼ਮੀ ਦੋਵਾਂ ਨੇ ਇੱਥੇ ਅਰਸ਼ਦੀਪ ਨੂੰ ਲੈ ਕੇ ਸਿੱਖਾਂ ਦੇ ਨਾਲ ਜੋੜਦਿਆਂ ਹੋਇਆਂ ਤੇ 12 ਵਜੇ ਦਾ ਸਮਾਂ ਜੋੜਦਿਆਂ ਕੁਝ ਇਤਰਾਜ਼ਯੋਗ ਸ਼ਬਦ ਬੋਲੇ, ਜਿਸ ਨੂੰ ਲੈ ਕੇ ਇੱਥੇ ਸਿੱਖ ਭਾਈਚਾਰੇ ਦੇ ਨਾਲ ਨਾਲ ਪ੍ਰਸ਼ੰਸਕਾਂ ਦੇ ਵਿੱਚ ਵੀ ਰੋਸ ਦੇਖਿਆ ਗਿਆ। ਇੱਥੇ ਵੀ ਕਿਹਾ ਗਿਆ ਸੀ ਕਿ ਅਰਸ਼ਦੀਪ ਨੂੰ ਆਖਰੀ ਓਵਰ ਨਹੀਂ ਦੇਣਾ ਚਾਹੀਦਾ ਸੀ। ਸਿੱਖਾਂ ਨੂੰ 12 ਵਜੇ ਦੇ ਸਮੇਂ ਨਾਲ ਜੋੜਦਿਆਂ ਹੋਇਆਂ ਉਹਨਾਂ ਨੇ ਇਹ ਟਿੱਪਣੀ ਕੀਤੀ ਸੀ, ਜਿਸ ਨੂੰ ਲੈ ਕੇ ਹੁਣ ਹਰਭਜਨ ਸਿੰਘ ਨੇ ਵੀ ਟਵੀਟ ਕਰਕੇ ਕਾਮਰਾਨ ਨੂੰ ਲਾਂਤਾਂ ਪਾਈਆਂ ਅਤੇ ਹਰਭਜਨ ਦੀਆਂ ਲਾਂਤਾਂ ਤੋਂ ਬਾਅਦ ਕਾਮਰਾਨ ਅਕਮਲ ਨੇ ਵੀ ਮੁਆਫੀ ਮੰਗ ਲਈ ਹੈ।